हेलो, मेरा चौधरी प्रजेंद्र निजर हैगा ते मैं पंडोरी निजरां दा जट हैगा। ते जिन्ना चिर तुसी अपने दुनियावी प्यो दे नहीं बनते, उन्ना चिर तुहानू रूहानी प्यो दी सुरती नहीं आ सकती। आ जिहड़ा हुण मिडल ईस्ट च हो रहा रिफ्यूजीज प्रॉब्लम, ये सारी जिहड़ी चीज़ां हैगियां ने, ਪਹਿਲਾਂ ਜੇ ਦੁਨਿਆਵੀ ਪਿਓ ਦੇ ਬਣੇ ਰਹਿੰਦੇ ਨਾ, ਇਹ ਹਿਲਜੁਲ ਨਹੀਂ ਸੀ ਹੋਣੀ। ਪਰ ਦੁਨਿਆਵੀ ਪਿਓ ਦਾ ਕੋਈ ਕੋਈ ਰਹਿੰਦਾ ਹੈਗਾ, ਜਿੱਦਾਂ ਲਿਖਿਆ ਨਾ, ਬੀਓ ਬੀਜ ਪਤ ਲੈ ਗਿਆ ਅਬ ਕਿਉਂ ਉਗਵੇ ਦਾਲ, ਜੇ ਇੱਕ ਹੋਸੀ। ਕਹਿੰਦੇ ਵੀ ਜੇ ਇੱਕ ਹੋਏਗਾ ਤਦੇ ਨਾ, ਇਹ ਹੈਗੇ ਇਸ ਕਲਯੁਗ ਦਾ ਹੈਗਾ ਸਮਾਂ। ਵਿਰਲਾ ਹੀ ਕੋਈ ਆਦਮੀ ਹੈਗਾ ਜਿਹੜਾ ਕਿ ਆਪਣੀ ਜਾਤ ਨਹੀਂ ਭੁੱਲਦਾ, ਬਾਕੀ ਸਾਰੇ ਭੁੱਲ ਬੈਠੇ ਨੇ। ਕੋਈ ਸਿੱਖ ਕੌਮ ਕਹਿੰਦਾ, ਕੋਈ ਮਨੁੱਖ ਕਹਿੰਦਾ ਆਪਣੇ ਆਪ ਨੂੰ, ਕੋਈ ਕੁਛ ਕਹਿੰਦਾ ਹੈਗਾ, ਅਤੇ ਕੋਈ ਕਮਿਊਨਿਸਟ। ਸਾਰੇ ਜਿਸਮ ਦੇ ਬਣ ਗਏ ਨੇ, ਅਤੇ ਇਸ ਕਰਕੇ ਆਪਣੀ ਜਾਤ ਭੁੱਲਣ ਨਾਲ ਉਹ ਜਿਹੜੇ ਘਰ ਜਿਹਨਾਂ 'ਚ ਰਹਿੰਦੇ ਨੇ ਉਹ ਲੋਕ, ਉਹ ਤਾਂ ਜਾਤਾਂ ਦੇ ਹੈਗੇ ਨੇ, ਉਹ ਕਮਿਊਨਿਸਟ ਦਾ ਨਹੀਂ ਘਰ ਹੈਗਾ, ਸਿੱਖ ਦਾ ਨਹੀਂ ਹੈਗਾ ਉਹ ਘਰ, ਉਹ ਕੌਮਾਂ ਦੇ ਲੋਕ ਹੈਗੇ ਨੇ। ਅਤੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਆਪਣੇ ਪਿਓ ਨੂੰ ਨਾ, ਅਸੀਂ ਤੇਰੇ ਪੁੱਤਰ ਨਹੀਂ ਹੈਗੇ, ਅਸੀਂ ਤਾਂ ਸਿੱਖ ਦੇ ਪੁੱਤਰ ਹਾਂ, ਤਾਂ ਪਿਓ ਨੇ ਜੁੱਤੀ ਲਾ ਲਈ ਤਾਂ ਫਿਰ ਕੁੱਟਿਆ ਮਾਰਿਆ, ਜਾ ਦੌੜ ਇੱਥੋਂ ਨਿਕਲ ਅਤੇ ਜਾ ਕੇ ਸਿੱਖ ਦੇ ਘਰ ਜਾ, ਮੇਰੇ ਘਰ ਇੱਥੇ ਕੀ ਕਰਦਾ ਤੂੰ। ਫਿਰ ਨੱਠੇ ਗੁਰਦੁਆਰਿਆਂ ਨੂੰ, ਉੱਥੇ ਨਾਨਕ ਦੀ ਸ਼ਰਨ ਲੈਣ ਲਈ ਚੱਲੇ, ਉੱਥੇ ਪਾਠ ਰੱਖਦੇ ਜੀ। ਉਹ ਨਾਨਕ ਕਹਿੰਦਾ, ਭਾਉ ਤੂੰ ਉਹਦਾ ਆਪਣੇ ਪਿਓ ਦਾ ਤਾਂ ਨਹੀਂ ਬਣਿਆ, ਜਿਹਨੇ ਪਾਲਿਆ ਪਰੋਸਿਆ, ਜੇ ਉਹਦਾ ਨਹੀਂ ਬਣਿਆ, ਉਹਦੇ ਜਿਹੜੀ ਜਦੋਂ ਪੈਦਾ ਹੋਇਆ ਸੀ ਅਕਾਲ ਪੁਰਖ ਦੀ ਰਜ਼ਾ ਨਾਲ ਉਹਦੇ ਘਰ ਪੈਦਾ ਹੋਇਆ ਸੀ, ਆਪਣੀ ਹਿੰਮਤ ਨਾਲ ਨਹੀਂ ਹੋਇਆ। ਤੂੰ ਜੇ ਪਹਿਲੀ ਰਜ਼ਾ ਰਹੀ ਤੈਨੂੰ ਮਨਜ਼ੂਰ, ਤਾਂ ਮੇਰੇ ਕੋਲ ਕੀ ਕਰਨ ਆਇਆ, ਦੌੜ ਇੱਥੋਂ। ਉਹ ਫਿਰ ਧੱਕੇ ਖਾਂਦੇ ਮਰਦੇ ਨੇ, ਜਿੱਦਾਂ 1947 ਵਿੱਚ ਹੋਇਆ ਸੀਗਾ। ਅਤੇ ਜੇ ਇੱਕ ਹੋਸੀ, ਉਸ ਇੱਕ ਦੀ ਮੈਂ ਹੁਣ ਮਿਸਾਲ ਦੇ ਰਿਹਾ ਤੁਹਾਨੂੰ। ਮੇਰੇ ਫਾਦਰ ਜਿਹੜੇ ਸੀਗੇ ਉਹ ਕਹਿੰਦੇ ਨੇ, ਆਪਣੀ ਕੌਮ ਨਾ ਭੁੱਲੋ, ਸਿੱਖ ਪੰਥ ਹੈਗਾ, ਸਿੱਖ ਕੌਮ ਨਹੀਂ ਹੈਗੀ, ਕੌਮ ਜਿਸਮ ਦੀ ਹੈਗੀ। ਅਤੇ ਲੋਕ ਉਹਨੂੰ ਹੱਸਦੇ ਸੀਗੇ, ਜਿੱਦਾਂ ਮੈਂ ਕਹਿੰਦਾ ਨਾ ਮੈਂ ਜੱਟ ਹੈਗਾ, ਕਹਿੰਦੇ ਜੀ ਉਹ ਗੁਰੂਆਂ ਨੇ ਜਾਤ ਪਾਤ ਮਿਟਾ ਦਿੱਤੀ ਹੈਗੀ। ਉਹ ਗੁਰੂ ਤਾਂ ਕੋਈ ਵੀ ਨਹੀਂ ਸੀਗਾ, ਉਹ ਤਾਂ ਸੀਗੇ ਸਤਿਗੁਰੂ। ਗੁਰੂ ਤਾਂ ਹੁੰਦਾ ਮਾਤਾ ਪਿਤਾ ਅਤੇ ਪੰਡਿਤ। ਪਹਿਲਾਂ ਤਾਂ ਇਹ ਨਹੀਂ ਪਤਾ ਵੀ ਉਹਨੂੰ ਕੌਣ ਕਹੇ, ਉੱਥੋਂ ਸੁਰਤੀ ਕਿੱਥੋਂ ਪਤਾ ਲੱਗ ਜਾਏ ਜੇ ਪਹਿਲੇ ਆਪਣੇ ਪਿਓ ਦਾ ਨਹੀਂ ਪਤਾ ਉਹਨਾਂ ਨੂੰ। ਜਾਤ ਪਾਤ ਮਿਟਾ ਦਿੱਤੀ ਅਤੇ ਕਹਿੰਦੇ ਜਾਤ ਨਾ ਲਿਖੋ, ਮਗਰ ਜਾਤ ਜਿਹੜਾ ਕੰਜਰੀ ਦੇ ਪੇਟ 'ਚ ਪੈਦਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਵੀ ਕੀ ਜਾਤ ਹੈਗੀ ਮੇਰੀ। ਅਤੇ ਸਾਨੂੰ ਤਾਂ ਪਤਾ ਨਾ, ਅਸੀਂ ਤਾਂ ਨਹੀਂ ਉਹਦੇ ਪੇਟ 'ਚ ਪੈਦਾ ਹੋਇਆ, ਸਾਨੂੰ ਪਤਾ ਵੀ ਅਸੀਂ, ਮੈਂ ਜੱਟ ਦੇ ਘਰ ਜਨਮ ਹੋਇਆ। ਜੇ ਮੈਂ ਕਹਾਂ ਵੀ ਮੇਰੀ ਜਾਤ ਹੈ ਨਹੀਂ ਗੀ, ਅਤੇ ਮੈਂ ਉਸਦੇ ਬਰਾਬਰ ਬਣ ਗਿਆ ਨਾ ਜਿਹੜਾ ਕੰਜਰੀ ਦੇ ਪੇਟ 'ਚ ਪੈਦਾ ਹੋਇਆ ਜਾਣ ਬੁੱਝ ਕੇ। ਉਹ ਤਾਂ ਸੀਗਾ ਨਾ ਬਾਸਟਰਡ ਜਿਹੜਾ ਕੰਜਰੀ ਦੇ ਪੇਟ 'ਚ ਪੈਦਾ ਹੁੰਦਾ, ਮੈਂ ਫਿਰ ਬਣ ਜਾਂਦਾ ਸੁਪਰ ਬਾਸਟਰਡ, ਸੁਪਰ ਬਾਸਟਰਡ ਫਨੈਟਿਕ। ਫਿਰ ਜਿੱਦਾਂ ਦੇਖਿਆ ਸੀ ਨਾ 1947 'ਚ ਕਿੱਦਾਂ ਇੱਕ ਦੂਜੇ ਨੂੰ ਵੱਢਦੇ ਕੁੱਟਦੇ ਸੀਗੇ, ਇਹ ਹੁੰਦੀ ਹਾਲਤ। ਅਤੇ ਫਾਦਰ ਉਹਨਾਂ ਨੂੰ ਇਲਮ ਸੀਗਾ, ਉਹਨਾਂ ਨੇ ਕਈ ਪਿੰਡ ਪਹੁੰਚਾਏ ਇੱਕ ਦੂਜੇ 'ਤੇ ਹਮਲਾ ਕਰਦੇ। ਉਹ ਆਉਂਦੇ ਸੀ ਇੰਸਪੈਕਟਰ ਸਕੂਲਾਂ ਦੇ, ਕਿ ਉਹ ਸੱਚ ਬੋਲਦੇ ਸੀ, ਕਿਸੇ ਰਿਸ਼ਵਤ ਨਹੀਂ ਸੀ ਲੈਂਦੇ ਨਾ ਦਿੰਦੇ ਸੀਗੇ। ਉਹਨਾਂ ਨੂੰ ਡਿਮੋਟ ਕਰ ਦਿੱਤਾ ਸੀਗਾ। ਤਾਂ ਫਿਰ ਉਹਨਾਂ ਰੰਜ ਤਾਂ ਬਹੁਤ ਆਇਆ ਵੀ ਇਹ ਡਿਮੋਟ ਕਿਉਂ ਕੀਤਾ ਮੈਨੂੰ। ਤੇ ਹੈਲੋ, ਹਾਂ ਹਾਂ, ਮੈਂ ਉਹ ਟੈਲੀਫੋਨ 'ਤੇ ਬਿਜ਼ੀ ਹੈਗਾ, ਦੂਏ 'ਤੇ ਆ ਜਾਓ ਜੇ ਆਉਣਾ ਤਾਂ ਘਰ। ਹਾਂ ਘਰ ਹੀ ਹੈਗਾ ਮੈਂ। ਓਕੇ ਜੀ, ਚੰਗਾ, ਬਾਏ। ਅਤੇ ਉਹਨਾਂ ਨੂੰ ਡਿਮੋਟ ਕਰ ਦਿੱਤਾ 1942 ਦੇ ਕਰੀਬ।
ਰੰਜ ਬਹੁਤ ਆਇਆ ਉਹਨਾਂ ਨੂੰ ਵੀ ਮੈਂ ਕੋਈ ਗਲਤੀ ਤਾਂ ਕੀਤੀ ਨਹੀਂ, ਇੱਕ ਰਿਸ਼ਵਤ ਨਹੀਂ ਲਈ, ਕੁਛ ਨਹੀਂ ਕੀਤਾ, ਮੈਨੂੰ ਡਿਮੋਟ ਖੇਲ ਕਰ ਦਿੱਤਾ। ਉਹਦਾ ਬਲਦੇਵ ਸਿੰਘ ਹੁੰਦਾ ਸੀ ਜਿਹੜਾ ਡਿਫੈਂਸ ਮਿਨਿਸਟਰ, ਉਹ ਵਾਕਫ ਸੀਗਾ, ਉਹਨੇ ਗਿਆ ਤਾਂ ਉਹਦੇ ਉਹਨੇ ਉਹਨੂੰ ਪੁੱਛਿਆ ਅਫਸਰ ਨੂੰ ਇਹਨੂੰ ਡਿਮੋਟ ਕਿਉਂ ਕੀਤਾ ਵੀ, ਉਹ ਕਹਿੰਦੇ ਕਿਸੇ ਨੂੰ ਖੁਸ਼ ਨਹੀਂ ਜੀ ਕਰਦਾ ਇਹ, ਜਦੋਂ ਵੀ ਕੋਈ ਨਵੀਂ ਕੋਈ ਜਗ੍ਹਾ ਨਿਕਲੀ ਤਾਂ ਇਹਨਾਂ ਨੂੰ ਲਾਹ ਦਿਆ ਗਿਆ, ਮਾਸਟਰ ਲੱਗ ਗਿਆ ਟੀਚਰ ਉੱਥੇ, ਜਿੱਥੇ ਜਿਸ ਇਲਾਕੇ 'ਚ ਇੰਸਪੈਕਟਰ ਹੁੰਦੇ ਸੀ ਉੱਥੇ ਮਾਸਟਰ ਲਾ ਤਾ ਵੀ ਇਹਦੀ ਬੇਅਦਬੀ ਕਰੀਏ। ਉਹ ਫਿਰ ਉੱਥੇ ਚੰਗਾ ਹੋਇਆ ਇੱਕ ਗੱਲੋਂ ਕਿ ਉਹ ਜੇ ਜਾਂਦੇ ਉਹ ਦੌਰੇ ਦੂਰੇ 'ਤੇ ਪਤਾ ਨਹੀਂ ਸੀ ਹੋਣਾ ਵੀ ਉੱਥੇ ਇੱਕ ਸੈਕਟੇਰੀਅਨ ਰੋਇਲਸ 'ਚ ਮਾਰ ਵੀ ਸਕਦੇ ਸੀ ਲੋਕ ਨਾ, ਉਹ ਚੰਗੀ ਹਿਫਾਜ਼ਤ ਹੋ ਗਈ ਸਮਾਂ ਕੇ ਮਿੰਟ ਗੁਰੀ ਸੀਗੇ। ਫਿਰ ਇਹ ਗਰਮੀਆਂ ਦੀ ਛੁੱਟੀਆਂ ਅਸੀਂ ਚਲੇ ਗਏ ਸੀ ਆਪਣੇ ਪਿੰਡ ਧਨੁਆਣਾ 91 RB ਰੱਖ ਬ੍ਰਾਂਚ, ਉੱਥੇ ਚਲੇ ਗਏ ਅਤੇ ਉੱਥੇ ਵੀ ਇਹਨਾਂ ਨੇ ਸਮਝਾਇਆ ਨਾਲ ਦੇ ਪਿੰਡਾਂ ਨੂੰ ਵੀ ਮੁਸਲਮਾਨ ਮਿਲਤ ਹੈਗੀ, ਇਹ ਕੌਮ ਨਹੀਂ ਹੈਗੀ, ਇਹਨਾਂ 'ਚ ਪੈਦਾ ਹੋਇਆ ਨਾ ਮਰਿਆ। ਸਾਡੇ ਪਿੰਡ ਆ ਜਾਂਦੇ ਸੀ ਦੂਏ ਆਦਮੀ ਮਦਦ ਕਰਨ, ਅਤੇ ਉਹ ਮਰਾਸੀ ਜਿਹੜਾ ਸੀ ਉਹਨੇ ਜਾ ਕੇ ਦੂਇਆਂ ਨੂੰ ਦੱਸ ਦਿੱਤਾ ਰਾਈਆਂ ਨੂੰ ਕਿ ਜੇ ਤੁਹਾਡੇ 'ਤੇ ਹਮਲਾ ਕਰ ਲਈ, ਉਹਦੇ ਆਦਮੀ ਇਕੱਠੀ ਕੀਤੀ ਬੈਠੇ ਨੇ, ਅਤੇ ਇੱਕ ਰਾਤ ਉਹ ਜਿਹੜਾ ਜ਼ਹਿਰਦਾਰ ਸੀ ਦਰੰਗ ਦਾ, ਉਹਨੇ 2000 ਆਦਮੀ ਲੈ ਕੇ ਇਕੱਠੇ ਅਤੇ ਘੇਰਾ ਪਾ ਲਿਆ ਪਿੰਡ ਦਾ, ਉਹਨੂੰ ਮਰਾਸੀ ਨੂੰ ਘੱਲਦਾ ਜਾ ਲੈ ਕੇ ਆ ਨੰਬਰਦਾਰ ਨੂੰ, ਪਤਾ ਤਾਂ ਕਰ ਲਾ ਵੀ ਠੀਕ ਹੀ ਵੀ ਕਹਿੰਦਾ ਗਿਆ ਵੀ, ਅਤੇ ਉਹ ਆਇਆ ਸਾਡੇ ਘਰ ਰਾਤ ਅੱਧੀ ਰਾਤ, ਅਤੇ ਫਾਦਰ ਅਤੇ ਉਹਦੇ ਬ੍ਰਦਰ ਚਲੇ ਗਏ ਮੰਜੇ 'ਤੇ ਬਹਿ ਗਏ ਉੱਥੇ ਜਾ ਕੇ ਜਿੱਥੇ ਉਹ ਬੈਠਾ ਸੀਗਾ, ਅਤੇ ਉਹਨੂੰ ਗੁੱਸਾ ਮਨਾਇਆ ਵੀ ਇਹਨਾਂ ਭੁੱਲੇ ਪੈਣਾ ਚਾਹੀਦਾ, ਇਸ ਪਾਕਿਸਤਾਨ ਸਾਡਾ ਹੈਗਾ, ਇਹ ਗੁਲਾਮ ਹੈਗੇ ਸਾਡੇ। ਜਦੋਂ ਫਾਦਰ ਨੇ ਸਮਝਾਇਆ ਨਾ ਕਿਸੇ ਜੱਟਾ ਨੇ ਮਰਨਾ, ਤੁਸੀਂ ਹਰਾਈਆਂ ਨੇ ਮਰਨਾ, ਨਾ ਸਿੱਖ ਪੈਦਾ ਹੋਇਆ ਨਾ ਮੁਸਲਮਾਨ, ਇਹ ਰੂਹ ਹੈਗੀ ਉਹਦੇ ਪੈ ਗਈ ਪੱਲੇ। ਸ਼ਰਾਰਤ ਤਿੰਨੇ ਲਾਲੇ ਸੀ ਨਾ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਲਾਲਾ ਮੋਹਨਦਾਸ ਕਰਮਚੰਦ ਗਾਂਧੀ, ਅਤੇ ਲਾਲਾ ਮੁਹੰਮਦ ਅਲੀ ਜਿੰਨਾ ਭਾਟੀਆ, ਤਿੰਨੇ ਲਾਲੇ ਸੀ ਨਾ। ਜਦੋਂ ਤਿੰਨਾਂ ਲਾਲਿਆਂ ਦੀ ਸ਼ਰਾਰਤ ਸਮਝਾਈ, ਕਹਿੰਦੇ ਚਲੋ ਰਾਹੌਲ ਚੱਲੀਏ ਆਪਾਂ ਤਬਾਦਲਾ ਰੁਕਾਈਏ, ਅਤੇ ਜਿਹੜੇ ਸੀਗੇ ਨਾ 2000 ਲਿਆਂਦੇ ਮਾਰਨ ਲਈ, ਉਹਨਾਂ ਨੂੰ ਕਹਿੰਦੇ ਸਾਡੇ ਮਹਿਮਾਨ ਹੈਗੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ, ਅਤੇ ਉਹਨਾਂ ਨੇ ਸਾਡੀ ਮਹਿਮਾਨਗੀ ਰੱਖੀ ਵੀ, ਕਿਸੇ ਸਾਡੇ ਆਦਮੀ ਨੂੰ ਉਹਨਾਂ ਨੇ ਨੁਕਸਾਨ ਨਹੀਂ ਪਹੁੰਚਾਇਆ, ਪਿਆਰ ਨਾਲ ਸਮਝ ਕੇ ਸਾਨੂੰ ਰੱਖਿਆ ਉੱਥੇ। ਅਤੇ ਫਿਰ ਅਸੀਂ ਇੱਧਰ ਪਾਕਿਸਤਾਨ 'ਚ ਆ ਗਏ ਸੀਗੇ, ਕਿਸੇ ਟਰੱਕ 'ਚ ਬਹਿ ਕੇ ਨਾ, ਮਿਲਟਰੀ ਦੇ ਆਫਿਸਰ ਸੀ ਉਹ ਸਾਨੂੰ ਲੈ ਆਇਆ, ਅਤੇ ਇਹਦਾ ਭਾਵ ਇਹ ਹੈਗਾ ਕਿ ਇੱਦਾਂ ਦਾ ਜਿਹੜੀ ਹਾਦਸਾ ਹੋਇਆ ਜਾਂ ਵਾਰਦਾਤ ਹੋਈ, ਇਹ ਮੈਨੂੰ ਦੱਸੋ ਕੋਈ ਕਿਸੇ ਹੋਰ ਦੇ ਨਾਲ ਵੀ ਹੋਇਆ ਇੱਦਾਂ ਹੀ ਕਿ ਹਮਲਾ ਕਰਨ ਆਏ ਅਤੇ ਮੁੜ ਕੇ ਗਏ ਇੱਕ ਨੰਬਰ ਦੇ ਦੋਸਤ, ਅਤੇ ਉਹਨਾਂ ਨੇ ਰਾਖੀ ਵੀ ਰੱਖੀ, ਜੇ ਹੈਗਾ ਕਿਸੇ ਨੂੰ ਪਤਾ ਇੱਦਾਂ ਦੀ ਵਾਰਦਾਤ ਮੈਨੂੰ ਦੱਸੋ। ਫਿਰ ਇੱਥੇ ਆ ਜਾਂਦਾ ਹੈਗਾ ਜੇ ਇੱਕ ਹੋਸੀ, ਅਸੀਂ ਉਹ ਹੋਸੀਆਂ 'ਚੋਂ ਇੱਕ ਸੀਗੇ ਕਿ ਅਸੀਂ ਆਪਣੀ ਜਾਤ ਨਹੀਂ ਸੀ ਭੁੱਲੇ, ਜੱਟ ਜਾਤ ਅਸੀਂ ਰੱਖੀ, ਉਸ ਕਰਕੇ ਸਾਨੂੰ ਫਿਰ ਬਚਾਅ ਸਾਡਾ ਹੋ ਗਿਆ ਸੀ। ਅਤੇ ਇਸ ਕਰਕੇ ਹੁਣ ਕਲਯੁੱਗ 'ਚ ਲੋਕਾਂ ਨੇ ਮਾਰਨਾ ਸ਼ੁਰੂ ਕਰਨਾ, ਜੇ ਉਹਦਾ ਇੱਕੋ ਇਲਾਜ ਹੈਗਾ ਕਿ ਆਪਣੀ ਜਾਤ ਨਾ ਭੁੱਲੋ, ਜਦੋਂ ਇਹ ਜਾਤ ਭੁੱਲ ਗਏ ਅਤੇ ਮਾਰੇ ਗਏ, ਅਤੇ ਜੇ ਤੁਸੀਂ ਆਪਣੇ ਕੱਚੇ ਪਿਓ ਦੇ ਨਹੀਂ ਬਣਦੇ, ਜਿਹੜਾ ਕਿ ਆ ਸਰੀਰ ਦਾ ਪਿਓ ਹੈਗਾ, ਜੇ ਕੱਚੇ ਪਿਓ ਦੇ ਨਹੀਂ ਬਣਦੇ, ਪੱਕੇ ਦੇ ਨਹੀਂ ਬਣ ਸਕਦੇ ਤੁਸੀਂ, ਪੱਕਾ ਤੁਹਾਨੂੰ ਜੁੱਤੀ ਮਾਰ ਕੇ ਕੱਢ ਦੇਗਾ ਜਾ ਦੌੜ ਜਾ, ਕੱਚੇ ਦਾ ਬਣਿਆ ਨਹੀਂ ਪੱਕੇ ਦਾ ਕੀ ਮੇਰਾ ਮੇਰੇ ਕੋਲ ਕੀ ਬਣੇਗਾ ਤੂੰ, ਨੱਕ ਕਸਾਉਣ ਨਾਲ ਨਹੀਂ ਇਹ ਵਰਦਾ ਹੋਣਾ, ਜਿਹੜੇ ਸਿੱਖ ਕੌਮ ਕਰਕੇ ਕਰ ਰਹੇ ਨਾ ਲੋਕ ਇੰਡੀਆ 'ਚ ਪੰਜਾਬ 'ਚ, ਇਹਨਾਂ 'ਤੇ ਤੁਸੀਂ ਜੁੱਤੀਆਂ ਪੈਂਦੀਆਂ ਦੇਖਿਆ ਜੇ, ਹੁਣ ਤੁਸੀਂ ਕਹਿੰਦੇ ਹਮ ਹਿੰਦੂ ਨਹੀਂ ਆ, ਹਿੰਦੂ ਦੇ ਕਿਸੇ ਨੂੰ ਡੈਫੀਨੇਸ਼ਨ ਨਹੀਂ ਆਉਂਦੀ। ਕੱਲ੍ਹ ਮੈਂ ਗਿਆ ਸੀ ਆਕਸਫੋਰਡ ਯੂਨੀਵਰਸਿਟੀ, ਉੱਥੇ ਹੈਗਾ ਹਿੰਦੂਇਜ਼ਮ ਪੜ੍ਹਾਉਂਦੇ ਨੇ, ਉਹ ਸਟੱਡੀ ਆਫ ਹਿੰਦੂਇਜ਼ਮ,
ਉੱਥੇ ਉਹਨੂੰ ਪੁੱਛਿਆ, ਇੱਕ ਆਇਆ ਸੀ ਲੈਕਚਰ ਕਰਨ ਆਸਾਮ ਤੋਂ ਸੀਗਾ, ਉਹ ਲੈਕਚਰਰ ਕੈਂਬਰਿਜ ਯੂਨੀਵਰਸਿਟੀ ਦਾ, ਵੀ ਹਿੰਦੂ ਦੀ ਕੀ ਡੈਫੀਨੇਸ਼ਨ ਹੈਗੀ। ਕਹਿੰਦਾ ਨਹੀਂ ਪਤਾ। ਮੈਂ ਉਹ ਦੱਸਦਾ, ਜੇ ਪਿੰਡ 'ਚ ਕੋਈ ਆਵੇ ਨਾ ਅਣਜਾਣ, ਉਹਨੂੰ ਪੁੱਛੇ ਤਾਂ ਹੁੰਦਾ ਕੌਣ ਹੈ, ਉਹ ਹੁੰਦੇ ਕੌਣ ਜਵਾਬ ਵਿੱਚ ਦਿੰਦਾ ਵੀ ਮੈਂ ਫਲਾਨੀ ਕੌਮ ਦਾ ਹੈਗਾ ਅਤੇ ਫਲਾਨੀ ਪਿੰਡ ਦਾ ਰਹਿਣ ਵਾਲਾ, ਜਾਤੀ ਅਤੇ ਬਾਸੀ। ਜਿਹਨੂੰ ਜਾਤੀ ਅਤੇ ਬਾਸੀ ਦਾ ਪਤਾ ਹੋਵੇ ਉਹ ਹਿੰਦੂ ਹੁੰਦਾ। ਯਾਨੀ ਕਿ ਉਹੀ ਗੱਲ ਹੋ ਗਈ, ਜੇ ਇੱਕ ਹੋ ਸੀ ਬੀਜ, ਜੇ ਤੁਸੀਂ ਹਿੰਦੂ ਬਣੋਗੇ ਨਾ, ਤਦ ਤੁਹਾਨੂੰ ਸਤਿਗੁਰੂ ਮੂੰਹ ਲਾਏਗਾ, ਤਦ ਤੁਸੀਂ ਸਤਿਗੁਰੂ ਤੋਂ ਸਿਕਸ਼ਾ ਲੈ ਸਕਦੇ ਹੈ। ਜੇ ਹਿੰਦੂ ਨਹੀਂ ਹੈਗੇ ਤਾਂ ਫਿਰ ਨਹੀਂ, ਫਿਰ ਤੁਹਾਨੂੰ ਪਹਿਲੇ ਕੱਚੇ ਪਏ ਪਤਾ ਪੱਕੇ ਦੀ ਕੀ ਖਬਰ ਹੈਗੀ। ਇਸ ਕਰਕੇ ਹਿੰਦੂ ਜਿਹੜਾ ਹੈਗਾ ਪਹਿਲਾ ਸਮਾਜ ਹੈਗਾ, ਪਹਿਲਾ ਪੰਥ। ਸਿੱਖ ਜਦੋਂ ਪਹਿਲਾ ਜਮਾਤ ਪਾਸ ਕਰ ਲਵੇ ਫਿਰ ਦੂਜੀ ਜਮਾਤ ਵਿੱਚ ਬਹਿੰਦਾ, ਫਿਰ ਸਿੱਖਦਾ ਹੈਗਾ, ਸਿੱਖ ਦਿੰਦਾ ਹੈਗਾ ਤੁਹਾਨੂੰ ਰੂਹਾਨੀ ਗਿਆਨ, ਫਿਰ ਤੁਹਾਡੇ ਇਸ ਰੂਹਾਨੀ ਗਿਆਨ ਪੱਲੇ ਪਵੇਗਾ ਜਦੋਂ ਤੁਸੀਂ ਕੱਚੇ ਪਿਓ ਦੇ ਬਣੋਗੇ। ਇਹਨੂੰ ਜਿਹੜਾ ਪਾ ਦੇਣਾ ਹੁੰਦਾ ਨਾ, ਜਿਹੜਾ ਪਾ ਹੁੰਦਾ ਸ਼ਰਮ, ਜਦੋਂ ਤੋਂ ਕੱਪੜੇ ਨੂੰ ਦੇਈਦਾ ਨਾ ਰੰਗ, ਇਹਨੂੰ ਪਾ ਦੇਈਦਾ। ਇੱਦਾਂ ਜਿਹੜਾ ਤੁਸੀਂ ਵੀ ਆਪਣੇ ਆਪ ਨੂੰ ਰੂਹਾਨੀ ਪਾ ਦੇਣਾ ਹੈਗਾ, ਪਾ ਦੇ ਕੇ ਫਿਰ ਤੁਸੀਂ ਦੂਜੇ ਪੰਥ ਸਿੱਖ 'ਚ ਜਾਣਾ ਹੈਗਾ, ਉੱਥੇ ਫਿਰ ਤੁਹਾਨੂੰ ਰੰਗ ਚੜ੍ਹੇਗਾ ਉੱਪਰ। ਪਾ ਜਿਹੜਾ ਹੈਗਾ ਉਹ ਹੈਗਾ ਆਪਣੀ ਜਾਤ ਨਾ ਭੁੱਲੋ, ਉਹਦੇ ਨਾਲ ਤੁਹਾਨੂੰ ਫਿਰ ਆਪਣੀ ਕੌਮ ਦੀ ਸ਼ਰਮ ਹੈਗੀ, ਖਾਨਦਾਨ ਦੀ। ਵੀ ਫਲਾਨੀ ਕੌਮ ਦਾ ਹੈਗਾ ਤੂੰ ਇਹ ਉਲਟੇ ਕੰਮ ਨਹੀਂ ਕਰਦਾ, ਬੰਦਿਆਂ ਵਾਲੇ ਕੰਮ ਕਰਦਾ ਹੈਗਾ। ਜੇ ਤੁਸੀਂ ਕੌਮ ਆਪਣੀ ਭੁੱਲ ਗਿਆ, ਜਿੱਦਾਂ ਮੈਂ ਜੱਟ ਹੈਗਾ ਅਤੇ ਮੈਂ ਆਪਣੀ ਕੌਮ ਕਹਿ ਦਿਆਂ ਸਿੱਖ ਹੈਗਾ, ਸਿੱਖ ਭੁੱਲ ਗਿਆ, ਫਿਰ ਮੈਂ ਕਰਾਂਗਾ ਕਰਤੂਤਾਂ ਸ਼ੈਤਾਨਾਂ ਦੀਆਂ, ਫਿਰ ਪਾ ਨਹੀਂ ਚੜਿਆ ਮੈਨੂੰ। ਫਿਰ ਉਹ ਸਮੇਂ ਉੱਚ ਕੱਪੜਾ ਸਮਾਂ ਕਿ ਜਿਹੜਾ ਸੀਗਾ ਮਾੜਾ ਮੋਟਾ ਉਹ ਵੀ ਜਾਂਦਾ ਰਿਹਾ, ਯਾਨੀ ਕਿ ਤੁਸੀਂ ਸੁਪਰ ਬਾਸਟਡ ਬਣ ਗਏ। ਇਸ ਕਰਕੇ ਪਹਿਲਾਂ ਤੁਸੀਂ ਕੱਪੜੇ ਨੂੰ ਪਾ ਚਾੜੋ, ਪਾ ਚੜਦਾ ਸ਼ਰਮ ਦਾ, ਜਿਹਦੇ ਪਾਸ ਸ਼ਰਮ ਹੈਗੀ ਉਹਦੇ ਕੋਲ ਧਰਮ ਹੈਗਾ। ਹੁਣ ਸਾਊਥ ਇੰਡੀਆ 'ਚ ਕੋਈ ਨਹੀਂ ਭਗਤ ਆਇਆ, ਕਿਉਂ? ਉੱਥੇ ਸ਼ਰਮ ਸੀਗੀ, ਉੱਥੇ ਧਰਮ ਸੀਗਾ। ਉੱਥੇ ਜਿਹੜਾ ਨਾਂ ਹੈਗਾ ਨਾ ਉਹਦੇ ਆਦਮੀ ਦਾ, ਉਹਦੇ ਚਾਰ ਨਾਂ ਹੈਗੇ ਨਾ, ਫਸਟ ਪਹਿਲਾ ਨਾਂ ਉਹਦੇ ਪੀਏ ਦਾ ਨਾਂ, ਉਹਦੇ ਪਿੰਡ ਦਾ ਨਾਂ, ਉਹਦਾ ਗੋਤ ਸਰਨੇਮ। ਇਸ ਚਾਰ ਨਾਲ ਉਹ ਪਛਾਣਿਆ ਜਾਂਦਾ ਵੀ ਉਹ ਫਲਾਨੀ ਦਾ ਪੁੱਤਰ ਹੈਗਾ, ਫਲਾਨੀ ਪਿੰਡ ਦਾ ਹੈਗਾ। ਅਤੇ ਜੇ ਉਹ ਰਿਸ਼ਵਤ ਲਏਗਾ ਕਿਸੇ ਤੋਂ ਤਾਂ ਲੋਕ ਜਾ ਕੇ ਉਹਦੇ ਪੇ ਨੂੰ ਕਹਿਣਗੇ ਤੇਰੇ ਪੁੱਤਰ ਨੇ ਰਿਸ਼ਵਤ ਲਈ, ਉਹਨੂੰ ਆਏਗੀ ਸ਼ਰਮ, ਸ਼ਰਮ ਆਏਗੀ। ਉੱਥੇ ਹੈਗਾ ਧਰਮ, ਅਤੇ ਇਸ ਕਰਕੇ ਉੱਥੇ ਕੋਈ ਨਹੀਂ ਭਗਤ ਆਇਆ। ਭਗਤ ਮਿਡ ਅੱਧ ਇੰਡੀਆ ਤੋਂ ਉੱਪਰ ਆਏ ਨੇ, ਬਨਾਰਸ ਵੱਲ ਹੋਏ ਨੇ ਕਾਫੀ, ਬਨਾਰਸ ਠੱਗਾ ਦਾ ਘਰ ਸੀ ਨਾ, ਇਸ ਕਰਕੇ ਆਏ ਸੀ। ਅਤੇ ਹੁਣ ਮਾਝਾ ਮੈਦਾ, ਦੁਆਬਾ ਦਲੀਆ, ਮਾਲਵਾ ਦੋ ਫਾੜ, ਇਹ ਠੀਕ ਕਿਹਾ ਹੈਗਾ, ਕਿਉਂ ਇਹ ਜਿਹੜੇ ਪੂਤਰੇ ਹੋਏ ਨਾ, ਉਹਨਾਂ 'ਚ ਸਿੱਖ ਕੌਮ, ਸਿੱਖ ਕੌਮ ਦੇ ਬਣੇ ਹੋਏ ਨਾ, ਆਪਣੇ ਜਾਤ ਭੁੱਲ ਗਏ ਨੇ, ਬੀਜ ਭੁੱਲ ਗਏ ਨੇ, ਇਹਨਾਂ ਦਾ ਕੋਈ ਹੱਕ ਨਹੀਂ ਜ਼ਮੀਨ 'ਤੇ ਰਹਿਣ ਦਾ। ਇਸ ਕਰਕੇ ਇੰਡੀਆ ਪਾਕਿਸਤਾਨ ਦਾ ਜਦੋਂ ਜੋੜ ਹੋਇਆ ਨਾ, ਲੜੇ ਨਾ, ਉਹਨਾਂ ਜਦੋਂ ਆਪਸ 'ਚ ਲੜਨਗੇ ਨਾ, ਹਿੰਦੂ ਮੁਸਲਿਮ, ਹਿੰਦੂ ਸਿੱਖ ਦਾ ਫਸਾਦ ਪਾਉਣਗੇ ਨਾ, ਇੰਡੀਆ ਨੇ ਫਿਰ ਉਹ ਪਾਕਿਸਤਾਨ ਨੇ ਫਿਰ ਆ ਕੇ ਹਮਲਾ ਕਰ ਦੇਣਾ ਹੈਗਾ, ਵੀ ਹੁਣ ਆਪਸ ਵਿੱਚ ਲੜਾਏਗੀ, ਹੁਣ ਇਹਨਾਂ ਨੂੰ ਕੁੱਟੋ। ਜਦੋਂ ਆ ਕੇ ਹਮਲਾ ਕੀਤਾ ਨਾ, ਫਿਰ ਜਦ ਦੁਆਬਾ ਮਾਝਾ ਹੋਣਾ, ਇਹ ਮੈਦਾ ਹੋ ਜਾਣਾ, ਦੁਆਬਾ ਦਲੀਆ, ਮਾਲਵਾ ਦੋ ਫਾੜ। ਹੁਣ ਕਲਯੁੱਗ ਦਾ ਅਖੀਰ ਆਏਗਾ, ਇਹ ਜਿਹੜੇ ਜੂ ਹੈਗੇ ਨਾ ਇਕੱਠੇ ਕੀਤੇ ਹੋਏ ਮਿਡਲ ਈਸਟ 'ਚ, ਇਹ ਖਾਸ ਲੋਕ ਹੈਗੇ ਨੇ, ਡਿਮੋਨਸਟ੍ਰੇਸ਼ਨ ਨੇਸ਼ਨ। ਜੇ ਇਹਨਾਂ ਦੀ ਤੁਸੀਂ ਹਿਸਟਰੀ ਸਮਝ ਜਾਓ ਨਾ, ਤੁਹਾਨੂੰ ਪਤਾ ਲੱਗ ਜਾ ਵੀ ਕਿੱਦਾਂ ਰਹੀਦਾ ਦੁਨੀਆ 'ਚ। ਅਤੇ ਇਸ ਕਰਕੇ ਜਿਹੜੇ ਇਕੱਠੇ ਕੀਤੇ, ਹੁਣ ਅੰਤ ਆਇਆ, ਯਾਨੀ ਕਿ ਐਟੋਮਿਕ ਵਾਰ ਲੱਗਣ ਵਾਲੀ ਹੈਗੀ।
ਤੇ ਜਿਹੜਾ ਆਦਮੀ ਆਪਣਾ ਬੀਜ ਨਹੀਂ ਭੁੱਲੇਗਾ ਉਹ ਬਚ ਜਾਏਗਾ, ਜਿਹੜਾ ਆਪਣਾ ਬੀਜ ਭੁੱਲ ਗਿਆ ਉਹ ਮਾਰਿਆ ਜਾਏਗਾ। ਹੁਣ ਅੱਗੇ ਤੁਹਾਡੀ ਮਰਜ਼ੀ। ਤੇ ਨਾਮ ਹੈਗਾ ਜਿਹਦੇ ਜਿਹਨੂੰ ਚਾਹ ਆਏਗੀ, ਲੌਂਗ ਲੌਂਗਿੰਗ ਫਾਰ, ਜੇ ਉਹਨੂੰ ਨਹੀਂ ਚਾਹ ਹੈਗੀ ਇਹ ਨਾਮ ਐਵੇਂ ਨਹੀਂ ਮਿਲਦਾ। ਨਾਮ ਦੀ ਚਾਹ ਹੋਣੀ ਚਾਹੀਦੀ, ਤੇ ਚਾਹ ਹੋਏਗੀ ਤੇ ਨਾਮ ਆਏਗਾ, ਤੇ ਨਾਮ ਨਾਲ ਤੁਸੀਂ ਫਿਰ ਸੁਖੀ ਰਹੋਗੇ। ਆ ਤਨ ਹੈਗਾ, ਤਨ ਦਾ ਸੁਖੀ ਰਹਿਣਾ ਹੈਗਾ ਜੇ ਤੁਸੀਂ ਆਪਣੇ ਪਿਓ ਦੇ ਬਣੇ ਰਹੋਗੇ। ਮਨ ਦਾ ਸੁਖੀ ਹੋਣਾ ਹੈਗਾ ਜੇ ਤੁਸੀਂ ਆਪਣੇ ਰੂਹਾਨੀ ਪਿਓ ਦੇ ਬਣੋਗੇ। ਤਨ ਮਨ ਨਿਰਮਲ ਹੋਏ ਤਦ ਤਨ ਮਨ ਨਿਰਮਲ ਹੁੰਦਾ ਹੈਗਾ। ਤੇ ਜੇ ਤੁਸੀਂ ਝੂਠ ਬੋਲਣਾ ਹੈਗਾ, ਰਿਸ਼ਵਤ ਲੈਣੀ ਹੈਗੀ। ਪੀਟਰ ਜਿਹੜਾ ਸੀ ਆਪਣੇ ਪਹਿਲਾ ਸਤਿਗੁਰੂ ਦੁਨੀਆ 'ਚ ਜੀਜ਼ਸ ਆਇਆ, ਉਹਦਾ ਇੱਕ ਸੀਗਾ ਵਰਕਰ, ਉਹ ਚੇਲਾ ਨਹੀਂ ਸੀ ਉਹਦਾ, ਕੋਈ ਡਿਸਾਈਪਲ ਨਹੀਂ ਸੀ ਉਹਦਾ, ਉਹ ਵਰਕਰ ਸੀਗੇ, ਕਾਮੇ ਸਿੱਖ, ਉਹ ਸੀ ਇੱਕ ਪੀਟਰ। ਉਹ ਸੀਗਾ, ਉਹਨੂੰ ਬਾਣੀ ਦੀ ਨਹੀਂ ਸਮਝ ਆਉਂਦੀ ਸੀਗੀ। ਜੀਜ਼ ਜਦੋਂ ਉਹਦੇ ਨਾਲ ਸੀਗਾ ਉਹਦੇ ਪੱਲੇ ਕੁਛ ਨਹੀਂ ਸੀ ਪੈਂਦਾ ਹੁੰਦਾ, ਕਿਉਂ ਅਕੀਜਾ ਸੀਗਾ, ਦੂਜਾ ਨਹੀਂ ਸੀ, ਉਹ ਸੁਰਤੀ ਵਾਲਾ ਨਹੀਂ ਸੀ, ਆਪਣੇ ਪਿਓ ਦਾ ਸੀਗਾ, ਸੱਚਾ ਬੋਲਦਾ ਸੀ, ਸੱਚ ਬੋਲਦਾ ਸੀ, ਝੂਠ ਨਹੀਂ ਉਹਨੇ ਮੂੰਹ ਤੋਂ ਬੋਲਿਆ। ਤੇ ਜਦੋਂ ਜੀਜ਼ਸ ਮਰਨਾ ਸੀ ਉਦੋਂ ਕਹਿੰਦਾ ਪੀਟਰ ਨੂੰ, ਵਿਲ ਯੂ ਲੁੱਕ ਆਫਟਰ ਮਾਈ ਸ਼ੀਪ, ਵਿਲ ਯੂ ਫੀਡ ਦੈਮ। ਉਹ ਕਹਿੰਦਾ ਯੈਸ, ਉਹਨੇ ਤਿੰਨ ਵਾਰੀ ਕਿਹਾ ਉਹਨੂੰ ਵੀ ਫੀਡ ਕਰੇਗਾ, ਕਹਿੰਦਾ ਯਾਰ ਫਿਰ ਅੱਕ ਗਿਆ, ਫਿਰ ਉਹ ਕਿਹਦੇ ਵਕਤ ਕਰਾਂਗਾ ਫੀਡਿੰਗ ਕੀ ਹੈਗਾ ਕਿ ਚਰਚ ਆਫ ਗੋਡ ਵਿੱਚ ਲਾਇਰ ਨਹੀਂ ਬੜਨ ਦਿੱਤਾ ਉਹਨੇ। ਜਦੋਂ ਉਹਨੇ ਪਹਿਲਾਂ ਅਸਟੈਬਲਿਸ਼ ਕੀਤਾ ਤੇ ਦੋ ਲਾਇਰਸ ਆ ਗਏ ਦਾਖਲ ਹੋਣ ਲਈ, ਅਨਿਆ ਸੈਂ ਸੁਫੀਰਾ, ਉਹ ਸੀਗਾ ਜਾਨੀ ਜਾਨ। ਉਹਨੇ ਪੁੱਛਿਆ ਵੀ ਇਹ ਰਕਮ ਜਿਹੜੀ ਤੁਸੀਂ ਲਿਆਂਦੀ ਹੈਗੀ ਇਹ ਸਾਰੀ ਇਹੋ ਹੀ ਉਹਦੇ ਵੇਚਣ ਨਾਲ ਮਿਲੀ ਹੈਗੀ? ਕਹਿੰਦੇ ਹਾਂਜੀ ਇਹੋ ਹੀ ਮਿਲੀ ਹੈਗੀ। ਦੋ ਵਾਰੀ ਤੀਜੇ ਵਾਰੀ ਪੁੱਛਿਆ ਤਾਂ ਫਿਰ ਵੀ ਉਹਨੇ ਉਹੀ ਕਹਿ ਦਿੱਤਾ, ਪੱਕਾ ਬਣਾਇਆ ਸੀ ਉਹਨੇ, ਫਿਰ ਮਾਰ ਦਿੱਤਾ ਤੀਜੇ ਵਾਰੀ ਜਦੋਂ ਨਾ ਕੀਤੀ ਉਹਨੇ, ਦੱਸਿਆ ਨਹੀਂ। ਸੁਫੀਰਾ ਆਈ, ਉਹਦੀ ਔਰਤ ਘਰ ਬਾਰ ਸਾਂਭ ਕੇ ਵੀ ਮੈਂ ਵੀ ਹੁਣ ਜਾਣੀ ਹੈ, ਉਹਨੂੰ ਵੀ ਪੁੱਛਿਆ ਵੀ ਇਹੋ ਹੀ ਰਕਮ ਸੀ? ਕਹਿੰਦੀ ਹਾਂ ਜੀ ਉਹ ਮਿਲ ਕੇ ਕੀ ਉਹਨਾਂ ਨੇ ਕੀਤਾ ਸੀ ਦੋਨਾਂ ਨੇ, ਉਹਨੂੰ ਵੀ ਮਾਰ ਦਿੱਤਾ। ਤੇ ਅੱਜ ਕੱਲ੍ਹ ਦੇ ਚਰਚ ਜਿਹੜੇ ਨੇ ਝੂਠਿਆਂ ਨੇ ਭਰੇ ਹੋਏ ਨੇ, ਤੇ ਇੰਨੇ ਜਿਹੜੇ ਗੁਰਦੁਆਰੇ ਹੈਗੇ ਨੇ, ਜਿਹੜੇ ਗ੍ਰੰਥੀ ਹੈਗੇ ਨੇ, ਇੱਕ ਨੰਬਰ ਦੇ ਸ਼ੈਤਾਨ ਹੈਗੇ ਨੇ ਮਨਮੁੱਖ, ਉਹ ਪ੍ਰਧਾਨ ਬਣੇ ਬੈਠੇ ਨੇ। ਤੇ ਉਹ ਤੂੰ ਸਿੱਖੋ ਕੀ ਫਿਰ ਕੁਛ ਨਹੀਂ ਸਿੱਖਣਾ। ਇਸ ਕਰਕੇ ਇਹ ਹੈਗਾ ਸੁਰਤੀ ਨਾਲ ਚੱਲਣਾ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਇਹ ਹੈਗਾ ਪਵਨ ਆਰੰਭ ਹੈ ਨਾ ਰੈਵੂਲੇਸ਼ਨ, ਉਹ ਹੁੰਦੀ ਹੈ ਲੋਜੀਕਲ ਰੀਜਨਿੰਗ। ਜਦੋਂ ਤੁਸੀਂ ਲੋਜੀਕਲ ਰੀਜਨਿੰਗ ਨਾਲ ਸਮਝਦੇ ਆ ਉਦੋਂ ਤੁਹਾਨੂੰ ਨਾਮ ਮਿਲਦਾ ਹੈਗਾ ਦਿਲ ਵਿੱਚ। ਲੋਜੀਕਲ ਰੀਜਨਿੰਗ ਤੁਸੀਂ ਕਰਨੀ ਹੈਗੀ, ਹੋਰ ਨੇ ਨਹੀਂ ਕਰਕੇ ਦੇਣੀ ਤੁਹਾਨੂੰ। ਜਿਸ ਕੇ ਨਾਮ ਹਰ ਇੱਕ ਨੂੰ ਆਪ ਮਿਲਦਾ ਹੈਗਾ, ਕੋਈ ਦਿੰਦਾ ਨਹੀਂ ਹੈਗਾ। ਇਹ ਜਿਹੜੇ ਚਲੇ ਜਾਂਦਾ ਸੰਤ ਹੈਗਾ ਡੇਰੇ ਵਾਲਾ ਤੇ ਫਲਾਨਾ ਹੈਗਾ, ਆ ਰਾਧਾ ਸਵਾਮੀ ਹੈਗਾ ਜੀ, ਕੰਨ 'ਚ ਫੂਕ ਮਾਰਦੇ 'ਚ ਨਾਮ ਦੇ ਦਿੱਤਾ, ਇਹ ਸਭ ਪਖੰਡੀ ਹੈਗੇ ਨੇ। ਇਹ ਇਹਨਾਂ ਨੂੰ ਕਹੀਦਾ ਹਰਾਮੀ ਐਂਟੀ ਕ੍ਰਾਈਸਟ। ਇਹਨਾਂ ਪੁੱਛੇ ਕੀ ਤੁਸੀਂ ਹਲ ਚਲਾਉਂਦੇ ਹੋ, ਕਿਸਾਨੀ ਕਰਦੇ ਹੋ? ਕੁਛ ਕੁਛ ਨਹੀਂ ਕਰਦੇ, ਉਹ ਵਿਹਲੇ ਬੈਠੇ ਉੱਥੇ ਖਾਈ ਜਾਂਦੇ ਨੇ। ਦਫ਼ਤਰ ਬਣਾਏ ਹੋਏ ਜਿੱਦਾਂ ਹੁੰਦਾ ਵੀ ਪੈਸੇ ਦਾ ਕਾਰੋਬਾਰ ਚੱਲਦਾ ਉੱਥੇ, ਹੋਰ ਕੁਛ ਨਹੀਂ, ਮਾਇਆ ਦਾ ਦੂਆ ਨਹੀਂ ਹੈਗਾ ਉੱਥੇ ਵੀ। ਇਸ ਕਰਕੇ ਜਾਗੋ ਅਤੇ ਆਪਣੇ ਆਪ ਨੂੰ ਸਾਂਭੋ, ਆਪਣੇ ਦੁਨਿਆਵੀ ਪਿਓ ਨੂੰ ਸਾਂਭੇ, ਤਦ ਤੁਹਾਨੂੰ ਰੂਹਾਨੀ ਪਿਓ ਸਾਂਭੂਗਾ। ਤਨ ਹਿੰਦੂ ਬਣਨ ਨਾਲ ਹੁੰਦਾ ਨਿਰਮਲ, ਮਨ ਗੁਰਸਿੱਖ ਬਣਨ ਨਾਲ ਹੁੰਦਾ ਨਿਰਮਲ। ਅੱਗੇ ਤੁਹਾਡੀ ਮਰਜ਼ੀ।